ਸ਼ਨੀਰਾ ਨਾ ਸ਼ਾਦੀ ਕਰਾਉਣ ਦੀ ਇੱਕ ਬਹੁਤ ਵੱਡੀ ਵਜ੍ਹਾ ਸੀ। ਉਹ ਵਜ੍ਹਾ ਇਹ ਸੀ ਕਿ ਮੈਂ ਇੱਕ ਭਾਈ ਹਾਂ ਅਤੇ ਸ਼ਨੀਰਾ ਇੱਕ ਬੁੱਢੀ ਹੈ। ਮੈਂ ਕਿਹਾ ਤੋਂ ਪਹਿਲਾਂ ਕਿ ਬੁੱਢੀ ਬੁੱਢੀ ਹੋ ਜਾਵੇ, ਇਹਨੂੰ ਆਪਣੀ ਬੁੱਢੀ ਬਣਾ ਲਓ। ਐਡੀ ਸੁਗੜ ਆ, ਤੂੰ ਭਰਾ ਲੱਗਦਾ, ਤੈਨੂੰ ਦੱਸਣ ਲੱਗਾ ਭਾਈ। ਉਹਨੂੰ ਆਂਡਾ ਦੇ ਦਿਓ ਅਤੇ ਦੱਸਣ ਦੀ ਲੋੜ ਨਹੀਂ ਪੈਂਦੀ ਬਈ ਇਹਨੂੰ ਬਣਾਉਣਾ ਕਿਵੇਂ। ਮਾਸ਼ਾਅੱਲਾ ਸਵੇਰੇ 5 ਵਜੇ ਉੱਠਦੀ ਆ, ਮੇਕਅਪ ਕਰਕੇ ਫਿਰ ਸੌਂ ਜਾਂਦੀ ਆ। ਔਰ ਮੇਰੇ ਬੱਚੇ ਉੱਤੋਂ ਇੰਨੇ ਕੁ ਮਨੂਸ ਆ ਕਿ ਉਹਨਾਂ ਨੂੰ ਉਸ ਤੋਂ ਵੱਡੀ ਕੋਈ ਮਨੂਸ ਲੱਗਦੀ ਨਹੀਂ। ਸਮਝ ਲਓ ਉਹਦੇ ਆਉਣ ਨਾਲ ਮੇਰਾ ਘਰ ਜੰਨਤ ਬਣ ਗਿਆ। ਇਹ ਜਿੱਦਾਂ ਹੁੰਦਾ ਨਾ ਪਾਕਿਸਤਾਨੀ ਔਰਤਾਂ ਬੰਦਿਆਂ ਨਾਲ ਲੜਾਈ ਹੋਈ ਤਿੱਟ ਵੀ ਮਾਰ ਦਿੰਦੀਆਂ, ਉਹ ਯਕੀਨ ਕਰੋ ਕਿ ਫੈਰ ਮਾਰਨ ਤੋਂ ਘੱਟ ਗੱਲ ਹੀ ਨਹੀਂ ਕਰਦੀ। ਔਰ ਮੇਰੇ ਨਾਲ ਇੰਨਾ ਕੁ ਪਿਆਰ ਕਰਦੀ ਆ ਕਿ ਯਕੀਨ ਕਰੋ ਕਿ ਮੇਰੇ ਤੋਂ ਬਗੈਰ ਤਾਂ ਉਹ ਰੋਟੀ ਖਾਂਦੀ ਨਹੀਂ, ਕਿਉਂਕਿ ਪਕਾਉਣੀ ਮੈਂ ਹੁੰਦੀ। ਮੇਰਾ ਮਤਲਬ ਕਿ ਮੇਰੇ ਇੰਤਜ਼ਾਰ 'ਚ ਬੈਠੀ ਰਹਿੰਦੀ। ਤੁਸੀਂ ਕਹੋਗੇ ਵੀ ਉਹਦੀਆਂ ਮੈਂ ਖੂਬੀਆਂ ਹੀ ਬਿਆਨ ਕਰੀ ਜਾ ਰਿਹਾ, ਉਹਦੀ ਵਜ੍ਹਾ ਇਹ ਕਿ ਹੈ ਹੀ ਥੋੜ੍ਹੀਆਂ ਜਿੰਨੀਆਂ। ਮੈਂ ਤਾਂ ਕਹਿੰਦਾ ਕਿ ਅੱਲਾ ਮੇਰੀ ਬੁੱਢੀ ਸਾਰਿਆਂ ਨੂੰ ਦੇਵੇ, ਮੇਰਾ ਮਤਲਬ ਕਿ ਮੇਰੇ ਵਰਗੀ ਬੁੱਢੀ ਸਾਰਿਆਂ ਨੂੰ ਦੇਵੇ। ਤੇਜ਼ਾਬੀ ਟੋਟੇ ਹੁਣ ਤੇਜ਼ ਵਿੱਚ।